ਨਾਲ ਇਸ ਵੇਲੇ ਮੈਡਮ ਰਾਜਵਿੰਦਰ ਕੌਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਮੈਮ ਕੀ ਕਹਿਣਾ ਚਾਹੋਗੇ ਲਗਾਤਾਰ ਲੀਡ ਦੇ ਵਿੱਚ ਆ ਰਹੇ ਹਾਂਜੀ 70,000 ਹੋ ਗਏ ਲਓ ਜੀ ਬਹੁਤ ਬਹੁਤ ਅੱਛੀ ਲੀਡ ਦੇ ਨਾਲ ਦੇਖੋ ਤੁਸੀਂ ਜਿਹੜੀ ਸੀਟ ਆਏ ਅਸੀਂ ਜਿੱਤ ਰਹੇ ਆ ਕਿਉਂਕਿ ਲੋਕਾਂ ਦੇ ਜਲੰਧਰ ਦੇ ਲੋਕਾਂ ਦਾ ਪਿਆਰ ਆ ਇਹ ਵਿਸ਼ਵਾਸ ਆ ਆਮ ਆਦਮੀ ਪਾਰਟੀ ਤੇ ਤਾਂ ਹੀ ਇੰਨੀ ਵੋਟ ਦੇਖੋ ਦੇ ਕੇ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਜਿਹੜਾ ਉਹ ਚਾਹੁੰਦੇ ਸੀਗੇ ਕਿ ਐਮਪੀ ਬਣਾ ਕੇ ਅਸੀਂ ਲੋਕ ਸਭਾ ਦੇ ਵਿੱਚ ਜਿਹੜਾ ਭੇਜੀਏ ਤਾਂ ਜੋ ਜਲੰਧਰ ਜਿਹੜਾ ਜਲੰਧਰ ਦੇ ਜਿਹੜਾ ਕੋਈ ਵਿਕਾਸ ਨਹੀਂ ਹੋਇਆ ਉਹ ਜਲੰਧਰ ਦਾ ਵਿਕਾਸ ਹੋਵੇ ਜਲੰਧਰ ਦੇ ਲੋਕ ਬੜੇ ਸੂਝਵਾਨ ਤੇ ਸਿਆਣੇ ਨੇ ਤੁਸੀਂ ਖੁਦ ਕਹਿ ਰਹੇ ਹੋ ਕਿ ਕਾਫੀ ਸਮੇਂ ਤੋਂ ਜਲੰਧਰ ਦਾ ਵਿਕਾਸ ਨਹੀਂ ਹੋ ਪਾਇਆ ਲੱਗਦਾ ਹੈ ਕਿ ਜਿਹੜੇ ਲੋਕ ਨੇ ਜਲੰਧਰ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਾ ਕੇ ਜਲੰਧਰ ਦਾ ਵਿਕਾਸ ਜਿਹੜਾ ਉਹ ਕਰਨ ਦੇ ਵਿੱਚ ਅੱਗੇ ਆਣ ਹਾਂ ਤੇ ਉਹਨਾਂ ਨੇ ਆਪਣਾ ਪਿਆਰ ਜਿਤਾਇਆ ਤਾਂ ਹੀ ਇੰਨੀ ਲੀਡ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਜੀ ਅੱਗੇ ਜਾ ਰਹੇ ਆ ਜਲੰਧਰ ਦੇ ਲੋਕ ਚਾਹੁੰਦੇ ਸੀਗੇ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਇਸ ਵਾਰ ਐਮਪੀ ਬਣਾਉਣਾ ਤੇ ਉਹਨਾਂ ਨੂੰ ਹੀ ਐਮਪੀ ਬਣਾ ਕੇ ਭੇਜਣਾ ਤੋ ਸੋ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ ਜਲੰਧਰ ਦੇ ਵੋਟਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਆਪਣਾ ਵਿਸ਼ਵਾਸ ਜਿਤਾਇਆ ਤੇ ਆਮ ਆਦਮੀ ਪਾਰਟੀ ਸਾਡੇ ਸੁਸ਼ੀਲ ਕੁਮਾਰ ਰਿੰਕੂ ਜੀ ਵੀ ਜਿਹੜੇ ਰਹਿੰਦੇ ਵਿਕਾਸ ਆ ਜਿਹੜਾ ਕੋਈ ਵੀ ਜਲੰਧਰ ਦਾ ਵਿਕਾਸ ਨਹੀਂ ਹੋਇਆ ਉੱਤੇ ਪੈਰਾ ਦੇਣਗੇ ਜਲੰਧਰ ਨੂੰ ਬਿਊਟੀਫੁਲ ਸਿਟੀ ਬਣਾਵਾਂਗੇ ਅਜੇ ਪਿੰਡਾਂ ਦੇ ਰੁਝਾਨ ਵੀ ਜਿਹੜੇ ਨੇ ਉਹ ਸਾਹਮਣੇ ਆਣਾ ਹੈ ਲੱਗਦਾ ਕਿ ਪਿੰਡਾਂ ਵੱਲੋਂ ਵੀ ਉਨਾ ਹੀ ਪਿਆਰ ਮਿਲੇਗਾ ਜਿੰਨਾ ਸ਼ਹਿਰਾਂ ਚੋਂ ਮਿਲੇਗਾ ਬਿਲਕੁਲ ਸ਼ਹਿਰਾਂ ਨਾਲੋਂ ਵੀ ਵੱਧ ਪਿੰਡਾਂ ਚੋਂ ਮਿਲੇਗਾ ਪਿਆਰ ਕਿਉਂਕਿ ਅਸੀਂ ਜਾਂਦੇ ਰਹੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕ ਤੇ ਹੋਰ ਵੀ ਜ਼ਿਆਦਾ ਪਿਆਰ ਕਰਦੇ ਸੀਗੇ ਇਸ ਕਰਕੇ ਜਦੋਂ ਪਿੰਡਾਂ ਦੇ ਡੱਬੇ ਖੁੱਲਣੇ ਆ ਤਾਂ ਫਿਰ ਤਾਂ ਮੈਨੂੰ ਇਹ ਬਹੁਤ ਪਿੱਛੇ ਰਹਿ ਜਾਣੇ ਆ ਗੱਲ ਕਰ ਰਹੇ ਸੀ ਕਿ ਗਰੰਟੀਆਂ ਜਲਦੀ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ ਮਹਿਲਾਵਾਂ ਨੂੰ ਜਿਹੜਾ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਉਹ ਵੀ ਜਲਦੀ ਪੂਰੀ ਕੀਤੀ ਜਾਏਗੀ ਹਾਂਜੀ ਬਿਲਕੁਲ ਅਗਲੀ ਗਰੰਟੀ ਹੁਣ ਉਹੀ ਆ ਰਹੀ ਆ ਕਿਉਂਕਿ ਹੌਲੀ ਹੌਲੀ ਕਿਸੇ ਚੀਜ਼ ਨੂੰ ਟਾਈਮ ਲੱਗਦਾ ਇੱਕ ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੰਨੇ ਕੰਮ ਕਰਕੇ ਦਿਖਾ ਦਿੱਤੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇੰਨੇ ਕੰਮ ਕਰ ਦਿੱਤੇ ਆ ਤੇ ਅਗਲੀ ਗਰੰਟੀਆਂ ਟਾਈਮ ਟਾਈਮ ਨਾਲ ਜਿਹੜੀਆਂ ਜਿਹੜੀਆਂ ਅਸੀਂ ਦਿੱਤੀਆਂ ਸੀਗੀਆਂ ਉਹ ਪੂਰੀਆਂ ਕਰਾਂਗੇ ਜਿਹੜੀ ਅਗਲੀ ਗਰੰਟੀ ਉਹ ਮੇਰੀਆਂ ਭੈਣਾਂ ਲਈ ਆ ਉਹ ਵੀ ਆ ਰਹੀ ਆ ਛੇਤੀ ਮੇਰੀਆਂ ਭੈਣਾਂ ਬੜੀਆਂ ਖੁਸ਼ ਹੋਣਗੀਆਂ ਉਹ ਤਾਂ ਜਦੋਂ ਬਿਜਲੀ ਦੇ ਬਿੱਲ ਜ਼ੀਰੋ ਆ ਗਏ ਭੈਣਾਂ ਤਾਂ ਉਦੋਂ ਹੀ ਬੜੀਆਂ ਖੁਸ਼ ਨੇ ਤੇ ਜਦੋਂ ਉਹਨਾਂ ਦੀ ਗਰੰਟੀ ਆ ਗਈ ਫਿਰ ਤਾਂ ਕਮਾਲ ਹੀ ਹੋ ਜਾਣੀ ਫਿਰ ਤਾਂ ਦੂਸਰੀਆਂ ਪਾਰਟੀਆਂ ਦਾ ਸਫਾਇਆ ਹੀ ਹੋਣਾ ਤੁਹਾਡੀ ਗੱਲ ਹੋਈ ਸੁਸ਼ੀਲ ਕੁਮਾਰ ਰਿੰਕੂ ਨਾਲ ਕੀ ਉਹਨਾਂ ਦੇ ਮਨ ਦੇ ਵਿੱਚ ਇਸ ਵੇਲੇ ਉਹਦੀ ਮਨੋਸਥਿਤੀ ਬਣੀ ਪਈ ਹੈ ਬਹੁਤ ਬਹੁਤ ਖੁਸ਼ ਆ ਮੇਰਾ ਵੀਰ ਬਹੁਤ ਦੇਖੋ ਇੰਨਾ ਪਿਆਰ ਦਿੱਤਾ ਜਲੰਧਰ ਦੇ ਲੋਕਾਂ ਦੇ ਉਹਨੂੰ ਉਹ ਤਾਂ ਮਤਲਬ ਇੰਨਾ ਖੁਸ਼ ਆ ਮੈਂ ਦੱਸ ਹੀ ਨਹੀਂ ਸਕਦੀ ਉਹਦੀ ਖੁਸ਼ੀ ਦੀ ਵੀ ਪੂਰੀ ਮਿਹਨਤ ਆ ਇਸ ਪੂਰੇ ਜਿੰਨਾ ਵੀ ਚੁਣਾਵ ਪ੍ਰਚਾਰ ਹੋਇਆ ਉਸ ਦੌਰਾਨ ਤੁਸੀਂ ਵੀ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਕਿਹੋ ਜਿਹਾ ਲੱਗ ਰਿਹਾ ਜੋ ਤੁਹਾਡੀ ਮਿਹਨਤ ਸਫਲ ਹੁੰਦੀ ਨਜ਼ਰ ਆ ਰਹੀ ਦੇਖੋ ਬਹੁਤ ਖੁਸ਼ੀ ਹੁੰਦੀ ਆ ਇੱਕ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਮੈਂ ਦੁਆਬਾ ਇੰਚਾਰਜ ਹਾਂ ਅਤੇ ਉਹਦੇ ਨਾਲ ਮੈਂ ਜਲੰਧਰ ਵੀ ਦੇਖ ਰਹੀ ਹਾਂ ਅਤੇ ਇਸ ਕਰਕੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਉਸ ਜ਼ਿੰਮੇਵਾਰੀ ਨੂੰ ਜਦੋਂ ਮੈਂ ਬੜੀ ਬਖੂਬੀ ਨਿਭਾਇਆ ਅਤੇ ਹੁਣ ਜਿਹੜੇ ਰੁਝਾਨ ਆਏ ਆ ਜਿਹੜੇ ਉਸ ਮਿਹਨਤ ਦਾ ਮੁੱਲ ਮਿਲ ਰਿਹਾ ਅਤੇ ਬੜੀ ਖੁਸ਼ੀ ਹੋ ਰਹੀ ਆ ਬੜਾ ਮਨ ਖੁਸ਼ ਆ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਸਨ ਸਾਡੇ ਨਾਲ ਮੈਡਮ ਰਾਜਵਿੰਦਰ ਕੌਰ ਜਿਨ੍ਹਾਂ ਦਾ ਕਹਿਣਾ ਇਹ ਆ ਕਿ ਜਲੰਧਰ ਦੇ ਲੋਕ ਜਿਹੜੇ ਨੇ ਬਦਲਾਵ ਚਾਹੁੰਦੇ ਨੇ ਜਲੰਧਰ ਦੇ ਲੋਕ ਜਿਹੜੇ ਨੇ ਉਹ ਵਿਕਾਸ ਚਾਹੁੰਦੇ ਨੇ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਦੇ ਨਾਲ ਜਿਤਾਇਆ ਜਾਏਗਾ ਕੈਮਰਾ ਪਰਸਨ ਮਨੀਸ਼ ਨਾਲ ਭਾਵਨਾ ਜਲੰਧਰ